ਇੱਥੇ ਬਿਮਾਰੀਆਂ ਫੈਲਦੀਆਂ ਦੇਖੋ ਜੀ ਦਸ ਦਿਨ ਤੋਂ ਜੂਝ ਰਿਹਾ ਐਡੀ ਇਨਫੈਕਸ਼ਨ ਨਾਲ ਜੋੜੋ ਮਿਲ ਕੇ ਮੇਰਾ ਕੰਮ ਆ ਮੇਰੀ ਡਿਊਟੀ ਆ ਹੱਥਾਂ ਜੋ ਹੱਥ ਮੇਰੇ ਜੋੜ ਫੜ ਲੈ ਤੁਸੀਂ ਡਿਊਟੀ ਨਿਭਾਉਂਦੇ ਕਿਉਂ ਨਹੀਂ ਤੂੰ ਕਿੰਨੇ ਸਾਲ ਹੋ ਗਏ ਮੈਨੂੰ 4 ਸਾਲ ਹੋ ਗਏ ਇੱਥੇ ਆਏ ਨੂੰ ਮੈਂ ਕੋਈ ਸੁਧਾਰ ਨਹੀਂ ਦੇਖਿਆ ਇੱਥੇ ਉਹ ਹੁਣ ਆ ਫਰਮੀ ਦੇ ਸਾਨੂੰ ਤੁਸੀਂ ਲਿਖ ਕੇ ਦੇ ਕੇ ਜਾਓਗੇ ਫਰਮੀ ਦਿਖਾ ਲਓ ਜੋ ਮਰਜ਼ੀ ਮੈਂ ਤਾਂ ਖੜਾ ਲਿਖ ਕੇ ਦੋ ਸਾਨੂੰ ਸਾਨੂੰ ਲਿਖ ਸਰਦਾਰ ਜੀ ਰਿਕਾਰਡ ਟੁੱਟ ਚੁੱਕੇ ਨੇ ਸਾਰੇ ਖਬਰ ਦਾ ਬੰਦ ਟੁੱਟ ਗਿਆ ਰਿਕਾਰਡ ਟੁੱਟ ਚੁੱਕੇ ਨੇ ਸਾਨੂੰ ਐਂ ਦੱਸੋ ਫਿਰ ਤੁਸੀਂ ਐਂ ਦੱਸਦੇ ਪੈਸਾ ਜਾਂਦਾ ਕਿੱਥੇ ਹੈ ਅਸੀਂ ਫਿਰ ਉੱਥੇ ਹੀ ਪੈਸਾ ਕਢਾ ਦਈਏ ਦੁਨੀਆ ਪਤਾ ਭਾਜੀ ਨੇ ਕਿਹਾ ਸੀ ਕਿ ਪਿਛਲੇ ਸਾਲ ਅਸੀਂ ਇਹ 2019 ਚ ਸੜਕਾਂ ਬਣਾਵਾਂਗੇ ਹੁਣ 2020 ਚੱਲ ਪਿਆ ਹਜੇ ਤੱਕ ਸੜਕਾਂ ਦਾ ਕੋਈ ਸੁਣਵਾਈ ਨਹੀਂ ਸਾਡੀ ਇਹ ਮੋਤੀਬਾਗ ਕਲੋਨੀ ਪੈਂਦੀ ਹੈ ਗਲੀ ਨੰਬਰ 1 ਪੈ ਰਹੀ ਹੈ ਦੇਖ ਲਓ ਸਾਡੀ ਗਲੀ ਨੰਬਰ ਹੈਗੀ ਹੈ 2 ਇਹਨਾਂ ਨੂੰ ਹਰ ਵਾਰੀ ਅਸੀਂ ਕਹਿੰਦੇ ਸਾਡੀ ਪਾਓ ਗਲੀ ਪਾ ਦਾਂਗੇ ਵੋਟਾਂ ਲੈ ਜਾਂਦੇ ਉਸ ਤੋਂ ਬਾਅਦ ਕੋਈ ਸੁਣਾਈ ਨਹੀਂ ਦਿੰਦਾ ਸਾਡੀ ਨਾਲ ਸੁਣਾਈ ਕਰਦੇ ਨੇ ਇਹ ਬਸ ਜਦੋਂ ਵੋਟਾਂ ਮੇਰੇ ਹੋ ਗਏ ਮੁੜ ਕੇ ਤਾਂ ਕੋਈ ਗਲੀ ਦਾ ਚੱਕਰ ਨਹੀਂ ਸਾਲ ਮਗਰ ਇਹਨਾਂ ਦਾ ਚੱਕਰ ਲੱਗਦਾ ਬਸ ਜੀ ਉਦਾਂ ਨਹੀਂ ਆਉਂਦਾ ਕੋਈ ਵੀ ਸਾਲ ਮਗਰ ਚੱਕਰ ਲੱਗਣਾ ਬਸ ਆ ਮੀਡੀਆ ਅੱਗੇ ਬਸ ਹੋ ਜਾਣਾ ਉਸ ਤੋਂ ਬਾਅਦ ਛੁੱਟੀ ਫਿਰ ਤੁਸੀਂ ਆ ਕੇ ਦੇ ਲਿਓ ਭਾਵੇਂ ਮਹੀਨੇ 2 ਮਹੀਨੇ ਬਾਅਦ ਦੇਖ ਲਿਓ ਕੋਈ ਗਲੀ ਨਹੀਂ ਬਣਨੀ ਕੁਛ ਨਹੀਂ ਹੋਣਾ ਆ ਸੀਵਰੇਜ ਕਰੋ ਸੀਵਰੇਜ ਇਹਨਾਂ ਨੇ ਕਰਨਾ ਆ ਉਹ ਹੁਣ ਅਸੀਂ ਟਰਾਲੀਆਂ ਪਾ ਕੇ ਹਟੇ ਆ ਉਹਦਾ ਧਰਨਾ ਲਾਇਆ ਸੀ ਕੀ ਕੀਤਾ ਇਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਨੇ ਹਾਰ ਕੇ ਸਾਨੂੰ ਆਪ ਟਰਾਲੀਆਂ ਪਾਣੀਆਂ ਪਈਆਂ ਹੈ ਭੈਣ ਮੇਰੇ ਦਾ ਆਦਮੀ ਹੈ ਨਹੀਂ ਫਿਰ ਵੀ ਉਹਨੇ 800 ਰੁਪਏ ਲਾ ਕੇ ਟਰਾਲੀਆਂ ਪਵਾਈਆਂ ਹੈ ਇੰਨਾ ਬੁਰਾ ਹਾਲ ਸੀਵਰੇਜ ਦਾ ਹਾਂਜੀ ਸੀਵਰੇਜ ਦਾ ਹਾਲ ਕੀਤਾ ਪਿਆ ਵਾ ਵੋਟਾਂ ਦੇਈ ਚੱਲੋ ਬਸ ਚੁੱਪ ਕਰਕੇ ਬੈਠ ਜਾਓ ਕੁਛ ਕੋ ਨਾ ਕਰ ਦੇ ਦੇਖੋ ਜੀ ਜਾ ਦੇਖੋ ਆਪਣਾ ਬਚਾ ਆਪੇ ਆਪਣਾ ਸਾਨੂੰ ਲਾਰਾ ਨਹੀਂ ਚਾਹੀਦਾ ਸਾਨੂੰ ਲਾਰਾ ਨਹੀਂ ਚਾਹੀਦਾ ਸਾਨੂੰ ਪੱਕਾ ਕੰਮ ਚਾਹੀਦਾ ਵਾ ਹੁਣ ਸਾਰੇ ਟੈਂਡਰ ਕੈਨਸਲ ਹੋ ਗਿਆ ਕਿ ਨਾ ਆਪਣੀ ਟੇਲ ਦੇ ਪੈਸੇ 50,000 2,000 ਰੁਪਏ ਲਾ ਲਾਇਆ ਕਿ ਤੇ ਅਸੀਂ ਬੜੇ ਪੈਸੇ ਲਾਣੇ ਫਿਰ ਕੀ ਸਰਕਾਰ ਤਾਂ ਕਹੇ ਨਾ ਤੁਸੀਂ ਬੰਨੇ ਪੈਸੇ ਸਰਕਾਰ ਵੱਲੋਂ ਤੁਹਾਨੂੰ ਆਂਦਾ ਸਾਨੂੰ ਨਹੀਂ ਆਂਦਾ ਦੋ ਵਾਰੀ ਗਲੀਆਂ ਬਣਦੀਆਂ ਸਾਡੀ ਇੱਕ ਵਾਰੀ ਵੀ ਨਹੀਂ ਬਣੀ ਹੈਗੀ ਗਲੀ ਸਰਕਾਰ ਦਾ ਕੀ ਫਾਇਦਾ ਉਹ ਟੈਕਸ ਅਸੀਂ ਤੇ ਟੈਕਸ ਭਰਦੇ ਆ ਹਾਂਜੀ ਅਸੀਂ ਮਹੱਲਾ ਮੋਤੀਬਾਗ ਦੇ ਨਿਵਾਸੀ ਜੋ ਕਿ 2 ਸਾਲਾਂ ਤੋਂ ਜਦ ਉਹਦਾ ਦਲਜੀਤ ਸਿੰਘ ਗਰੇਵਾਲ ਭੋਲਾ ਦੁਬਾਰਾ ਕਾਉਂਸਲਿੰਗ ਦੇ ਵਿੱਚ ਆਇਆ ਹੈ ਅਸੀਂ ਬਹੁਤ ਹੀ ਨਰਕ ਦੇ ਵਿੱਚ ਰਹਿ ਰਹੇ ਹਾਂ ਜਿਨ੍ਹਾਂ ਦੇ ਵਿੱਚ ਕਿ ਸੰਜੇ ਤਲਵਾੜ ਅਤੇ ਦਲਜੀਤ ਗਰੇਵਾਲ ਜੋ ਕਿ ਆਪਸ ਦੇ ਇਹਨਾਂ ਦੇ ਦੋਨਾਂ ਦੀ ਲੜਾਈ ਦੇ ਚੱਕਰਾਂ ਦੇ ਵਿੱਚ ਸਾਡਾ ਮੱਲਾ ਮੋਤੀਬਾਗ ਦਾ ਕੁਛ ਨਹੀਂ ਹੋ ਰਿਹਾ ਇਹ ਤੁਸੀਂ ਦੇਖ ਲਓ ਵੀ ਸਾਡਾ ਮੱਲਾ ਮੋਤੀਬਾਗ ਅੱਜ ਦੀ ਡੇਟ 'ਚ ਨਰਕ ਬਣਿਆ ਹੋਇਆ ਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਇਹੀ ਮੱਲਾ ਮੋਤੀਬਾਗ ਬਿਲਕੁਲ ਸਾਫ਼ ਸੁਥਰਾ ਸੀਗਾ ਸੀਵਰੇਜ ਪ੍ਰਣਾਲੀ ਬਿਲਕੁਲ ਸਹੀ ਸੀਗੀ ਮੈਂ ਕਿਸੇ ਪਾਰਟੀ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ ਲੇਕਿਨ ਸੰਜੇ ਤਲਵਾੜ ਅਤੇ ਕੌਂਸਲਰ ਦਲਜੀਤ ਸਿੰਘ ਗਰੇਵਾਲ ਦੀ ਆਪਸ ਹੀ ਇਹਨਾਂ ਦੀ ਭੇਡ ਦੇ ਭੇਡੂ ਲੜਾਈ ਦੇ ਵਿੱਚ ਅਸੀਂ ਮੱਲਾ ਮੋਤੀਬਾਗ ਵਾਲੇ ਪਿਸ ਰਹੇ ਹਾਂ ਔਰ ਆਉਂਦੇ ਟਾਈਮ ਵੀ ਪਿਸਦੇ ਰਵਾਂਗੇ ਕਿਉਂਕਿ ਇਹਨਾਂ ਦਾ ਹੱਲ ਨਾ ਇਹਦੇ ਕੋਲ ਕੌਂਸਲਰ ਕੋਲ ਆ ਮੈਂ ਚੈਲੰਜ ਨਾਲ ਕਹਿ ਸਕਦਾ ਵਾਂ ਕੌਂਸਲਰ ਅਗਰ ਕੌਂਸਲਰ ਮੱਲਾ ਮੋਤੀਬਾਗ ਦਾ ਕੰਮ ਕਰਾ ਜੇਗਾ ਜੋ ਕਹੇਗਾ ਜਿੱਥੇ ਕਹੇਗਾ ਮੈਂ ਉੱਥੇ ਬੈਠਣ ਨੂੰ ਤਿਆਰ ਹਾਂ ਵਾਰਡ ਨੰਬਰ 8 11 ਵਾਰਡ ਨੰਬਰ 11 ਗਲੀ ਨੰਬਰ 2 ਗਲੀ ਨੰਬਰ 1 ਗਲੀ ਨੰਬਰ 2 ਗਲੀ ਨੰਬਰ 2-3-4-5-6 ਇਹ ਸਾਰੇ ਆ ਇਹ ਹੁਣ ਤੁਸੀਂ ਦੇਖ ਹੀ ਰਹੇ ਹੋ ਸਾਡੇ ਮਹੱਲੇ ਦਾ ਕੀ ਮਾਹੌਲ ਆ ਅਸੀਂ ਗੰਦਾ ਪਾਣੀ ਪੀਣ ਤੇ ਮਜਬੂਰ ਆ ਸਾਡੇ ਬੱਚੇ ਜਿਹੜੇ ਆ ਬਿਮਾਰ ਆ ਅਸੀਂ ਡੇਲੀ ਹਰੇਕ ਘਰ ਦੇ ਵਿੱਚੋਂ 1 ਜਾਂ 2 ਬੰਦੇ ਡਾਕਟਰਾਂ ਦੇ ਕੋਲ ਬੈਠੇ ਨੇ ਇਸ ਟਾਈਮ ਵੀ ਮੈਂ ਡਾਕਟਰਾਂ ਦੇ ਕੋਲ ਤੁਹਾਨੂੰ ਲਿਜਾ ਸਕਦਾ ਵਾਂ ਜਿੱਥੇ ਸਾਡੇ ਮਹੱਲੇ ਦੇ ਬੱਚੇ ਮਰੀਜ਼ ਬਣ ਕੇ ਪਏ ਹੋਏ ਨੇ ਇਹ ਸਮੱਸਿਆ ਤਾਂ ਸਾਨੂੰ ਜੀ ਜਦੋਂ ਦਾ ਦਲਜੀਤ ਸਿੰਘ ਗਰੇਵਾਲ ਕੋਲ ਭੋਲਾ ਕੌਂਸਲਰ ਬਣਿਆ ਉਦੋਂ ਦੀ ਆ ਰਹੀ ਹੈ
ਜਿਹੜੀ ਪ੍ਰੋਬਲਮ ਆ ਇੱਥੇ ਮੋਤੀ ਨਗਰ ਦੀ ਬਹੁਤ ਵੱਡੀ ਪ੍ਰੋਬਲਮ ਆ ਵਾਕਈ ਬਲਕਿ ਮੈਨੂੰ ਵੀ ਇਸ ਚੀਜ਼ ਦਾ ਦੁੱਖ ਆ ਕਿਉਂਕਿ ਡਿਲੇ ਹੋਇਆ ਕੰਮ ਇਹ ਆਲਰੇਡੀ ਮੋਤੀ ਅਕਾਲੀ ਦਲ ਦੇ ਟਾਈਮ ਮੋਤੀ ਬਾਗ ਤੇ ਮਹਾਰਾਣਾ ਪ੍ਰਤਾਪ ਨਗਰ ਵਗੈਰਾ ਸਾਰਾ ਇਹ ਕਿ ਲੋਕਬਜਰੀ ਦਾ ਪਾਸ ਹੋਇਆ ਹੋਇਆ ਸੀਗਾ ਤੇ ਇੱਥੇ ਦੇ ਮਹੱਲੇ ਸਾਰੇ ਕਹਿੰਦੇ ਵੀ ਅਸੀਂ ਟਾਈਲਾਂ ਲਵਾਉਣੀਆਂ ਲੋਕਬਜਰੀ ਨਹੀਂ ਪਾਉਣੀ ਉਹ ਕੈਂਸਲ ਹੋਣ ਨਾਲ ਉਹ ਥੋੜ੍ਹਾ ਟਾਈਮ ਲੱਗ ਗਿਆ ਡਿਲੇ ਹੋ ਗਿਆ ਤੇ ਉਸ ਤੋਂ ਬਾਅਦ 12 ਦਸੰਬਰ ਨੂੰ ਜਿਹੜਾ ਟਾਈਲਾਂ ਦਾ ਟੈਂਡਰ ਸੀਗਾ ਉਹ ਲੱਗ ਚੁੱਕਿਆ 98 ਲੱਖ ਦਾ ਟੈਂਡਰ ਆ ਇਹ ਲੱਗ ਚੁੱਕਿਆ ਸੀ ਉਹਦੇ 'ਚ 3 ਟੈਂਡਰ ਪੈਣੇ ਚਾਹੀਦੇ ਆ 2 ਟੈਂਡਰ ਪਏ ਸੀ ਇਸ ਕਰਕੇ ਉਹ ਰਹਿ ਗਿਆ ਤੇ ਹੁਣ ਦੁਬਾਰਾ 2 ਤਰੀਕ ਨੂੰ ਦੁਬਾਰਾ ਜਿਹੜਾ ਟਾਈਲਾਂ ਦਾ ਟੈਂਡਰ ਲੱਗ ਚੁੱਕਿਆ ਇਹ ਫਰਵਰੀ ਦੇ ਐਂਡ ਤੱਕ ਸਾਰਾ ਇਹ ਗਲੀਆਂ ਟਾਈਲਾਂ ਲੱਗ ਜਾਣਗੀਆਂ ਧੰਨਵਾਦ ਬਿਲਕੁਲ ਬਿਲਕੁਲ ਜਿਹੜੀ ਆ ਸੀਵਰੇਜ ਦੀ ਪਾਣੀ ਦੀ ਪ੍ਰੋਬਲਮ ਆਈ ਆ ਇਹ ਭਗਵਾਨ ਨਗਰ ਰੋਡ ਤੇ ਟਾਵਰ ਨੰਬਰ 2 ਤੇ ਡਿਸਪੋਜ਼ਲ ਲੱਗੇ ਨੇ ਸਾਰੇ ਹੀ ਜਾਣਦੇ ਏਰੀਆ ਸਾਰਾ ਡਿਸਪੋਜ਼ਲ ਤੇ ਆ ਕਿਉਂਕਿ ਸਿੱਧਾ ਬਲਕਿ ਕੰਟੈਕਟ ਨਹੀਂ ਹੈਗਾ ਜਦੋਂ ਪਹਿਲਾਂ ਅੱਜ ਤੋਂ ਬਲਕਿ 15-20 ਸਾਲ ਪਹਿਲਾਂ ਜਦੋਂ ਸੀਵਰੇਜ ਪਿਆ ਉਹ ਸਿੱਧਾ ਕੰਟੈਕਟ ਨਹੀਂ ਕੀਤਾ ਗਿਆ ਸਾਰਾ ਡਿਸਪੋਜ਼ਲ ਤੇ ਆ ਔਰ ਪਿਛਲੀ ਟਰਮ ਦੇ ਵਿੱਚ ਮੈਂ ਟਾਵਰ ਨੰਬਰ 2 ਤੇ ਡਿਸਪੋਜ਼ਲ ਲਵਾਇਆ ਇਸ ਕਰਕੇ ਇਸ ਏਰੀਆ ਕਰਕੇ ਤੇ ਉੱਥੇ ਹੁਣ ਮੋਟਰਾਂ ਸੜ ਕੇ ਲਗਾਤਾਰ 6-7 ਦਿਨ ਤੋਂ ਮੋਟਰਾਂ ਸੜ ਰਹੀਆਂ ਕਿ ਬਿਜਲੀ ਦੀ ਪ੍ਰੋਬਲਮ ਕਰਕੇ ਉਹ ਮੋਟਰਾਂ ਸੜ ਕਰਕੇ ਇਹ ਪ੍ਰੋਬਲਮ ਆ ਗਈ ਤੇ ਹੁਣ ਅੱਜ 25 ਦੀ ਜਿਹੜੀ ਰਾਤ ਮੋਟਰ ਲੱਗ ਗਈ ਆ ਤੇ 25 ਦੀ ਮੋਟਰ ਹੋਰ ਲੱਗ ਰਹੀ ਆ ਹੁਣ ਤੇ ਉਸ ਤੋਂ ਬਾਅਦ ਕੱਲ ਤੱਕ ਇਹ ਜਿਹੜਾ ਸਿਰਾ ਕਲੀਅਰ ਹੋ ਜਾਊਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਤਾਂ ਔਨ ਰਿਕਾਰਡ ਦਿਖਾਉਣਾ ਚਾਹੁੰਦਾ ਵੀ ਮੈਂ ਜਿਹੜਾ ਕੰਮ ਕਰ ਰਿਹਾ ਔਨ ਰਿਕਾਰਡ ਹੈ ਉੱਥੇ ਮਤਲਬ ਕਿ ਕਾਰਪੋਰੇਸ਼ਨ ਜਾ ਕੇ ਤੁਸੀਂ ਪ੍ਰੈਸ ਵਾਲੇ ਹੋ ਕਾਰਪੋਰੇਸ਼ਨ ਜਾ ਕੇ ਪਤਾ ਵੀ ਕਰ ਲਿਓ ਵੀ ਇਹ ਟੈਂਡਰ ਕਦੋਂ ਤੇ ਪਹਿਲਾਂ ਲੋਕਬਜੀ ਦੇ ਲੱਗੇ ਸੀ ਨਹੀਂ ਲੱਗੇ ਸੀਗੇ ਤੇ ਹੁਣ 12 ਦਸੰਬਰ ਨੂੰ ਟੈਂਡਰ ਲੱਗਿਆ ਸੀ ਕਿ ਨਹੀਂ ਲੱਗਿਆ ਸੀ ਹੁਣ ਦੁਬਾਰਾ 2 ਜਨਵਰੀ ਨੂੰ ਲੱਗਿਆ ਕਿ ਨਹੀਂ ਲੱਗਿਆ ਪਤਾ ਕਰ ਲਿਓ